ਅੱਜ ਆਪਾਂ ਮਲੌਟ ਸ਼ਹਿਰ ਦੇ GT ਰੋਡ ਦੇ ਉੱਤੇ ਖੜ੍ਹੇ ਹਾਂ। ਮੈਂ ਸਭ ਤੋਂ ਪਹਿਲਾਂ ਸਾਡੇ ਮਲੌਟ ਸ਼ਹਿਰ ਦੇ SDM ਸਾਹਿਬ, ਉਹਨਾਂ ਦਾ ਧੰਨਵਾਦ ਕਰਦਾ, EO ਸਾਹਿਬ ਦਾ, ਪ੍ਰਧਾਨ ਜੀ ਦਾ, ਨਗਰ ਕੌਂਸਲ ਦਾ। ਅੱਜ ਮਲੌਟ ਸ਼ਹਿਰ ਦੇ GT ਰੋਡ ਦੇ ਉੱਤੇ ਸਫਾਈ ਮੁਹਿੰਮ ਜਿਹੜਾ ਉਹ ਚੱਲ ਰਿਹਾ, ਜਿਹੜਾ ਕਿ ਤਿੰਨਕੁਨੀ ਚੌਂਕ ਤੋਂ ਲੈ ਕੇ ਤਸੀ ਰੋਡ ਤੱਕ, ਜਿਹੜਾ ਇਹ ਵੱਖ ਵੱਖ ਸੰਸਥਾਵਾਂ ਵੱਲੋਂ, ਵੱਖ ਵੱਖ ਸਕੂਲਾਂ ਵੱਲੋਂ, ਵੱਖ ਵੱਖ ਕਾਲਜਾਂ ਵੱਲੋਂ ਇਹ ਜਿਹੜਾ ਕੀਤਾ ਜਾ ਰਿਹਾ। ਇਸ GT ਰੋਡ ਨੂੰ ਅਸੀਂ ਵੱਖ ਵੱਖ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ। ਹਰੇਕ ਸਕੂਲ ਦੀ, ਹਰੇਕ ਕਾਲਜ ਦੀ ਜ਼ਿੰਮੇਵਾਰੀ ਆ ਉਹਦੀ ਸਾਫ਼ ਸਫਾਈ ਕਰਨ ਦੀ। ਜਿਹੜੀ 2019 ਤੋਂ ਪਲਾਂਟੇਸ਼ਨ ਡਰਾਈਵ ਸ਼ੁਰੂ ਹੋਈ ਸੀ, ਉਹ ਬਹੁਤ ਸੋਹਣੇ ਤਰੀਕੇ ਦਾ, ਉਹ ਜਿਵੇਂ ਅੱਜ ਅਸੀਂ ਉਸੇ ਦਰਖਤ ਦੇ ਥੱਲੇ ਖੜ੍ਹੇ ਹਾਂ। ਅੱਜ ਅਸੀਂ ਜਿਹੜੀ ਹੈ 2 ਅਕਤੂਬਰ 2024 ਦੇ ਵਿੱਚ, ਅੱਜ ਅਸੀਂ ਜਿਹੜੀ ਸਫਾਈ ਮੁਹਿੰਮ ਜਿਹੜੀ ਹੈ ਸਾਰੀਆਂ ਸੰਸਥਾਵਾਂ ਦੇ ਨਾਲ ਮਿਲ ਕੇ, ਸਾਡੇ SDM ਸਾਹਿਬ ਸਾਡੇ ਅੱਗੇ ਲੱਗੇ ਹੋਏ ਨੇ, ਅਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਇਹਨੂੰ ਅਸੀਂ ਇੱਦਾਂ ਹੀ ਬਰਕਰਾਰ ਰੱਖਾਂਗੇ। ਸਾਰੀਆਂ ਸੰਸਥਾਵਾਂ ਨੇ, ਸਾਰੇ ਸਕੂਲਾਂ ਕਾਲਜਾਂ ਨੇ ਆਪਣੇ ਆਪਣੇ ਏਰੀਏ ਦੇ ਵਿੱਚ ਉਹ ਪੱਕੇ ਤੌਰ ਦੇ ਉੱਤੇ ਰੱਖ ਲਿਆ ਵੀ ਉਹਦੀ ਜਿਹੜੀ ਸਾਫ਼ ਸਫਾਈ ਹੈ, ਉਹਦੀ ਜਿਹੜੀ ਦੇਖਭਾਲ ਹੈ, ਉੱਥੇ ਹੋਰ ਪਲਾਂਟੇਸ਼ਨ ਦੀ ਜੇ ਲੋੜ ਹੈ ਉੱਥੇ ਉਹ ਵੀ ਕਰਾਂਗੇ, ਜਿੱਥੇ ਸਾਫ਼ ਸਫਾਈ ਦੀ ਲੋੜ ਹੈ ਉਹ ਵੀ ਕਰਾਂਗੇ ਜੀ। ਇਹ ਜਿਹੜੀ ਸਾਡੀ ਚੀਜ਼ ਚੱਲ ਰਹੀ ਹੈ, ਕਿਸ ਤਰ੍ਹਾਂ ਦੇ ਸਹਿਯੋਗ ਦੀ ਸ਼ਹਿਰ ਵਾਸੀਆਂ ਦੀ ਮਦਦ? ਦੇਖੋ ਜੀ, ਸ਼ਹਿਰ ਵਾਸੀ ਜਦੋਂ ਤੁਸੀਂ ਕਹਿਤਾ ਤੇ ਉਹ ਸ਼ਹਿਰ ਦੇ ਵਾਸੀ ਨੇ, ਤੇ ਅਸੀਂ ਮਲੌਟ ਸ਼ਹਿਰ ਦੇ ਵਿੱਚ ਖੜੇ ਹਾਂ, ਤੇ ਇੱਥੇ ਸਾਡਾ ਆਪਦਾ ਫਰਜ਼ ਬਣਦਾ ਹੈ ਵੀ ਅਸੀਂ ਆਪਦੇ ਮਲੌਟ ਸ਼ਹਿਰ ਨੂੰ ਅਸੀਂ ਆਪ ਸਾਫ਼ ਰੱਖੀਏ। ਸਾਡੀਆਂ ਇੱਥੇ ਕੋਈ ਦੁਕਾਨਾਂ ਨਹੀਂ ਹੈ GT ਰੋਡ, ਅਸੀਂ ਆਪ ਸਾਡੇ ਨਾਮ ਤੇ ਨਹੀਂ ਹੈ, ਬਟ ਅਸੀਂ ਫਿਰ ਵੀ ਆਪਦੇ ਮਲੌਟ ਸ਼ਹਿਰ ਨੂੰ ਸਾਫ਼ ਰੱਖਣ ਵਾਸਤੇ ਇੱਥੇ ਖੜੇ ਹਾਂ। ਸਾਰੀਆਂ NGO ਸਾਰੀਆਂ ਨਾਲ ਖੜੀਆਂ ਨੇ, ਸਕੂਲਾਂ ਵਾਲੇ ਬੱਚੇ ਇੱਥੇ ਕੰਮ ਕਰ ਰਹੇ ਨੇ, ਨਰੇਗਾ ਤੋਂ ਸਪੈਸ਼ਲ ਵੱਖ ਵੱਖ ਪਿੰਡਾਂ ਤੋਂ ਇੱਥੇ ਲੋਕ ਆਏ ਨੇ, ਇਹ ਉਹਨਾਂ ਦੀ ਜਗ੍ਹਾ ਨਹੀਂ ਆ, ਬਟ ਉਹ ਫਿਰ ਵੀ ਆਪਦੀ ਜਿਹੜੀ ਨੈਤਿਕ ਸਿੱਖਿਆ ਨੂੰ ਅੱਗੇ ਰੱਖਦੇ ਹੋਏ ਇੱਥੇ ਸਾਫ਼ ਸਫਾਈ ਕਰ ਰਹੇ ਨੇ, ਤੇ ਮੈਂ ਸਾਰਿਆਂ ਨੂੰ ਸਲੂਟ ਵੀ ਕਰਦਾ, ਤੇ ਸਾਡੇ SDM ਸਾਹਿਬ ਦਾ ਧੰਨਵਾਦ ਹੈ, ਪ੍ਰਧਾਨ ਜੀ ਦਾ ਧੰਨਵਾਦ ਹੈ, EO ਸਾਹਿਬ ਦਾ ਧੰਨਵਾਦ ਹੈ, ਤੇ ਸਾਰੀਆਂ NGOs ਦਾ, ਸਕੂਲਾਂ ਵਾਲਿਆਂ ਦਾ, ਨਰੇਗਾ ਦਾ, ਕਾਲਜਸ ਦਾ, ਸਾਰਿਆਂ ਦਾ ਧੰਨਵਾਦ ਹੈ ਜਿਹੜੇ ਇਸ ਮੇਨ ਮੁਹਿੰਮ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਧੰਨਵਾਦ। ਮਲੌਟ ਸ਼ਹਿਰ ਦੀ ਜਿਹੜੀਆਂ ਸੰਸਥਾਵਾਂ ਨੇ, ਜਿੰਨੇ ਵੀ NGO ਨੇ, ਮੇਨ ਮੁੱਖ ਕੰਮ ਨਗਰ ਕੌਂਸਲ ਦਾ ਹੈ। ਨਗਰ ਕੌਂਸਲ ਵੱਲੋਂ ਇਸ ਕੰਮ ਨੂੰ ਨਾਲ ਲੱਗ ਕੇ ਜਿਹੜਾ ਹੈ ਹਮਲਾ ਮਾਰ ਕੇ ਸ਼ੁਰੂ ਕੀਤਾ ਜਾ ਰਿਹਾ। ਸ਼ਹਿਰ ਦੇ ਜਿੰਨੇ ਸਕੂਲ ਹੈ, ਜਿੰਨੇ ਕਾਲਜ ਹੈਗੇ ਨੇ, ਜਿੰਨੇ ਵੀ NCC ਯੂਨਿਟ ਨੇ, NSS ਯੂਨਿਟ ਨੇ, ਵਪਾਰ ਮੰਡਲ ਹੈ, ਰੈਡੀਮੇਡ ਜਿਹੜੇ ਗਾਰਮੈਂਟ ਦੀ ਯੂਨੀਅਨ ਹੈਗਾ, ਉਹ ਸਾਰੇ ਹੀ ਸਾਡੇ ਇਸ 'ਚ ਸਹਿਯੋਗ ਹੈ। ਤਕਰੀਬਨ 25 ਤੋਂ 26 ਪੁਆਇੰਟਾਂ 'ਤੇ ਜਿਹੜੀ ਹੈ ਇਸ ਤਰ੍ਹਾਂ ਦੀ ਸਫਾਈ ਜਿਹੜੀ ਹੈ ਅੱਜ ਕੀਤੀ ਜਾ ਰਹੀ ਹੈ, ਅਤੇ ਇਹ ਸਫਾਈ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ। ਅਤੇ ਜਿਹੜਾ ਇੱਕ ਨਾਰਾ ਹੈਗਾ ਜੀ, ਸਵੱਛ ਅਤੇ ਸੁੰਦਰ ਮਲੌਟ, ਉਹਦਾ ਹੀ ਇੱਕ ਪਾਰਟ ਹੈਗਾ, ਅਤੇ ਉਮੀਦ ਕਰਦੇ ਕਿ ਜਿੰਨੇ ਵੀ ਸਾਡੇ ਅੱਜ ਸਹਿਯੋਗੀ ਸੰਸਥਾਵਾਂ ਨੇ ਉਹ ਇਸ ਨੂੰ ਮੋਮੈਂਟਮ ਨੂੰ ਬਣਾਈ ਰੱਖਣਗੇ। ਅਤੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜੀ, ਇਹ ਤੁਹਾਡਾ ਆਪਣਾ ਸ਼ਹਿਰ ਹੈ ਮਲੌਟ, ਇਹਨੂੰ ਖੂਬਸੂਰਤ ਰੱਖਣ ਦੇ ਵਿੱਚ ਸਾਡਾ ਸਹਿਯੋਗ ਦਿਓ, ਆਪਣਾ ਆਲਾ ਦੁਆਲਾ ਜਿਹੜਾ ਹੈਗਾ ਉਹ ਸਾਫ਼ ਰੱਖੋ, ਤਾਂ ਜੋ ਤੁਸੀਂ ਸਵੱਸਥ ਰਹੋ ਤੇ ਆਪਣਾ ਜਿਹੜੀ ਜ਼ਿੰਦਗੀ ਹੈ ਉਹ ਵਧੀਆ ਗੁਜ਼ਰ ਕਰੋ। ਬੇਸ਼ੱਕ ਜਿਹੜਾ ਕਿ ਐਸੇ ਦਿਨ ਤੇ ਸਫਾਈ ਮੁਹਿੰਮ ਚਲਾਈ ਜਾਂਦੀ ਹੈਗੀ ਹੈ, ਕੀ ਅਪੀਲ ਕੀ ਕਰੋਗੇ ਵੀ ਜਿਹੜਾ ਐਸੇ ਮੁਹਿੰਮ ਨੂੰ ਲਗਾਤਾਰ ਚੱਲੇ? ਮੈਂ ਇੱਥੇ ਤੁਹਾਡੇ ਧਿਆਨ 'ਚ ਲੈਂਦਾ ਕਿ ਜੀ, ਪਿਛਲੇ 15 ਦਿਨ ਤੋਂ ਇਹ ਸਫਾਈ ਅਭਿਆਨ ਦਾ ਪਖਵਾੜਾ ਚੱਲ ਰਿਹਾ ਸੀਗਾ, ਤੇ ਇਸਦੇ ਤਹਿਤ ਅੱਜ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਇਸ ਗਾਂਧੀ ਜੈਯੰਤੀ ਤੇ, ਇਹ ਅੱਗੇ ਨੂੰ ਹਮੇਸ਼ਾ ਕੰਟੀਨਿਊ ਰਹੇਗੀ। ਅਸੀਂ ਮਤਲਬ ਇੱਕ ਜਿਹੜੀ ਸਾਡੀ ਸਹਿਯੋਗੀ ਸੰਸਥਾਵਾਂ ਨੇ, ਇਹਨਾਂ ਨੇ ਇੱਕ ਪਲਾਨ ਬਣਾ ਚੁੱਕਿਆ ਜਿਹਦੇ 'ਚ ਅਸੀਂ ਮਹੀਨੇ ਬਾਅਦ ਜਿਹੜਾ ਜਿਹੜਾ ਏਰੀਆ, ਮੰਨ ਲਓ ਕਿਸੇ ਮਵੇਟ ਕਾਲਜ ਨੂੰ ਜਾਂ ਸਰਕਾਰੀ ਸਕੂਲ ਨੂੰ ਅਸੀਂ ਅਲਾਟ ਕੀਤਾ ਹੈ, ਉਸ ਏਰੀਏ ਦੀ ਸਫਾਈ ਜਿਹੜੀ ਹੈ ਉਹ ਅਸੀਂ ਮਹੀਨੇ ਬਾਅਦ ਉਹਨਾਂ ਦੀ ਪ੍ਰੋਗਰੈਸ ਦੇਖ ਲਈ ਕਰਾਂਗੇ, ਜੇ ਕੋਈ ਸੁਧਾਰ ਦੀ ਲੋੜ ਹੋਈ ਤਾਂ ਆਪਾਂ ਹੋਰ ਕਰਾਂਗੇ। ਜਿਵੇਂ ਤੁਸੀਂ ਸਫਾਈ ਮੁਹਿੰਮ ਦੀ ਗੱਲ ਕੀਤੀ ਹੈ, ਜਿਹੜੀਆਂ 4 ਲੈਨ ਦੇ ਉੱਤੇ ਜਿਹੜੇ ਹੈਗੇ ਕਬਜ਼ੇ ਵੀ ਹੈਗੇ ਆ, ਉਹਨਾਂ ਨੂੰ ਵਿੱਚ ਕਹੋਗੇ ਤਾਂ ਜੋ ਸਫਾਈ ਸੌਖੀ ਹੋ ਸਕੇ? ਬਿਲਕੁਲ ਠੀਕ ਹੈ, ਤੁਹਾਡੀ ਗੱਲ ਨਾਲ ਸਹਿਮਤ ਹੈ ਜੀ। ਅਸੀਂ ਮੇਰੀ EO ਸਾਹਿਬ ਨਾਲ ਤੇ ਪ੍ਰਧਾਨ ਜੀ ਨਾਲ ਗੱਲ ਹੋਈ ਸੀ ਕਿ ਜਿਹੜੇ ਟੈਂਪਰੇਰੀ ਕਬਜ਼ੇ ਕੀਤੇ ਹੋਏ ਨੇ, ਲੋਕ ਜਿਹੜੇ ਹੈਗੇ ਆ ਰੇਹੜੀ ਪਰਮਾਨੈਂਟ ਉੱਥੇ ਲਾ ਕੇ ਆਪਣਾ ਚਲੇ ਜਾਂਦੇ ਨੇ, ਤੇ ਮਾਰਨਿੰਗ ਆ ਕੇ ਆਪਣਾ ਕੰਮ ਕਰਦੇ ਨੇ, ਸਾਡੀ ਉਹਨਾਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ
ਕਿ ਰੇਹੜੀ ਆਪਣੀ ਅਸੀਂ ਕਿਸੇ ਦੇ ਧੰਦਾ ਖਰਾਬ ਨਹੀਂ ਕਰਨਾ ਚਾਹੁੰਦੇ, ਕੰਮ ਦੇ ਕਿਸੇ ਦੇ ਪੇਟ ਦੇ ਲੱਤ ਨਹੀਂ ਮਾਰਨਾ ਚਾਹੁੰਦੇ, ਪਰ ਲੇਕਿਨ ਆਪਣੀ ਜਿਹੜੀ ਰੇਹੜੀ ਹੈ ਉਹ ਆਪਣੀ ਰੋਜ਼ ਦੀ ਰੋਜ਼ ਨਾਲ ਲੈ ਕੇ ਜਾਓ, ਉਸਦੇ ਨੀਚੇ ਜੇ ਕੋਈ ਗੰਦ ਹੈਗਾ ਤਾਂ ਉਹਦੇ ਉਹ ਜ਼ਿੰਮੇਵਾਰ ਹੋਣਗੇ ਅਤੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਊਗੀ।